ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਵਿੱਚ ਜਿਹਦਾ ਨਾਮ ਹੈ ਐਵਰੀ ਟਾਈਮ ਸਟੱਡੀ। ਅਸੀਂ ਤੁਹਾਨੂੰ ਇਸ ਯੂਟਿਊਬ ਚੈਨਲ 'ਤੇ ਨਵੀਆਂ ਨਵੀਆਂ ਨੌਕਰੀਆਂ ਦੀ ਜਾਣਕਾਰੀ ਦਿੰਦੇ ਹਾਂ ਅਤੇ ਪੀ ਟੈਟ, ਸੀ ਟੈਟ, ਐਚ ਟੈਟ, ਆਰ ਟੈਟ ਦੇ ਸੰਬੰਧ ਨਾਲ ਨੋਟਸ ਵੀ ਉਪਲਬਧ ਕਰਾਉਂਦੇ ਹਾਂ। ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਦਿਉ। ਤਾਂ ਅੱਜ ਸਮਾਜਿਕ ਸਿੱਖਿਆ ਦੇ ਅਸੀਂ ਕੁਝ ਇੰਪੋਰਟੈਂਟ ਕੁਐਸਚਨ ਕਰਨ ਜਾ ਰਹੇ ਹਾਂ ਜੋ ਪੀ ਟੈਟ ਦੇ ਪੇਪਰ 'ਚ ਕਈ ਵਾਰ ਪੁੱਛੇ ਜਾ ਚੁੱਕੇ ਨੇ। ਤਾਂ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਦੇਖੋ, ਪਹਿਲਾ ਕੁਐਸਚਨ, ਮੁੱਢਲੇ ਸੰਵਿਧਾਨ ਵਿੱਚ ਕਿੰਨੀਆਂ ਖੇਤਰੀ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਸੀ? ਤਾਂ ਇਹਦਾ ਸਹੀ ਆਂਸਰ ਹੈ ਬੀ, 14 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਸੀ। ਪ੍ਰਸ਼ਨ ਨੰਬਰ ਦੂਜਾ, ਭਾਰਤ ਦੇ ਕਿੰਨੇ ਰਾਜਾਂ ਵਿੱਚੋਂ ਵਿਧਾਨ ਪਰਿਸ਼ਦ ਦਾ ਗਠਨ ਕੀਤਾ ਗਿਆ? ਤਾਂ ਇਹਦਾ ਸਹੀ ਆਂਸਰ ਹੈ ਸੀ, 7। ਪ੍ਰਸ਼ਨ ਨੰਬਰ ਤੀਸਰਾ ਦੇਖੋ, ਬੰਗਾਲ ਦੀ ਵੰਡ 1905 ਕਦੋਂ ਰੱਦ ਕੀਤੀ ਗਈ? ਜਿਹੜੀ ਬੰਗਾਲ ਦੀ ਵੰਡ ਸੀ ਉਹ ਕਦੋਂ ਰੱਦ ਕੀਤੀ ਗਈ? ਤਾਂ ਇਹਦਾ ਸਹੀ ਆਂਸਰ ਹੈ ਬੀ, 1911 ਵਿੱਚ ਬੰਗਾਲ ਦੀ ਵੰਡ ਰੱਦ ਕਰ ਦਿੱਤੀ ਗਈ ਸੀ। ਪ੍ਰਸ਼ਨ ਨੰਬਰ 4 ਦੇਖੋ, ਕਿਹੜੇ ਮੁਗਲ ਬਾਦਸ਼ਾਹ ਨੇ ਆਪਣੇ ਮਹਿਲ ਦੇ ਬਾਹਰ ਨਿਆਂ ਦੀ ਜੰਜੀਰ ਲਗਵਾਈ ਸੀ? ਤਾਂ ਇਹਦਾ ਸਹੀ ਆਂਸਰ ਹੈ ਡੀ, ਜਹਾਂਗੀਰ ਨੇ ਆਪਣੇ ਮਹਿਲ ਦੇ ਬਾਹਰ ਨਿਆਂ ਦੀ ਜੰਜੀਰ ਲਗਵਾਈ ਸੀ। ਪ੍ਰਸ਼ਨ ਨੰਬਰ 5, ਅੰਤਰਿਮ ਸਰਕਾਰ ਦਾ ਪ੍ਰਧਾਨ ਮੰਤਰੀ ਕੌਣ ਸੀ? ਤਾਂ ਇਹਦਾ ਸਹੀ ਆਂਸਰ ਹੈ ਬੀ, ਪੰਡਿਤ ਜਵਾਹਰ ਲਾਲ ਨਹਿਰੂ। ਪ੍ਰਸ਼ਨ ਨੰਬਰ 6, ਮੱਧਕਾਲ ਦਾ ਕਿਹੜਾ ਯੁੱਧ ਸਥਲ ਅਤੇ ਪਾਣੀ ਦੋਹਾਂ ਵਿੱਚ ਲੜਿਆ ਗਿਆ? ਮਤਲਬ ਧਰਤੀ ਅਤੇ ਪਾਣੀ ਦੋਨਾਂ ਥਾਵਾਂ 'ਤੇ ਇਹੋ ਜਿਹਾ ਕਿਹੜਾ ਯੁੱਧ ਹੈ ਜਿਹੜਾ ਦੋਵਾਂ ਥਾਵਾਂ 'ਤੇ ਲੜਿਆ ਗਿਆ, ਧਰਤੀ 'ਤੇ ਅਤੇ ਪਾਣੀ 'ਤੇ ਦੋਨਾਂ ਜਗ੍ਹਾ 'ਤੇ ਲੜਿਆ ਗਿਆ? ਤਾਂ ਇਹਦਾ ਸਹੀ ਆਂਸਰ ਹੈ ਏ, ਘਾਗਰਾ ਦਾ ਯੁੱਧ, ਜਿਹੜਾ ਕਿ 1529 ਵਿੱਚ ਲੜਿਆ ਗਿਆ ਸੀ। ਇਹ ਸਥਲ ਅਤੇ ਪਾਣੀ ਦੋਹਾਂ ਵਿੱਚ ਲੜਿਆ ਗਿਆ ਸੀ। ਪ੍ਰਸ਼ਨ ਨੰਬਰ 7 ਦੇਖੋ, ਮਹਾਤਮਾ ਬੁੱਧ ਦੇ ਉਪਦੇਸ਼ਾਂ ਦੀ ਭਾਸ਼ਾ ਸੀ, ਮਹਾਤਮਾ ਬੁੱਧ ਦੇ ਜਿਹੜੇ ਉਪਦੇਸ਼ ਸੀ ਉਹ ਕਿਹੜੀ ਭਾਸ਼ਾ ਸੀਗੇ? ਤਾਂ ਇਹਦਾ ਸਹੀ ਆਂਸਰ ਹੈ ਡੀ, ਪਾਲੀ ਭਾਸ਼ਾ ਵਿੱਚ ਸੀ। ਪ੍ਰਸ਼ਨ ਨੰਬਰ 8, ਇਸਲਾਮ ਧਰਮ ਨੂੰ ਭਾਰਤ ਵਿੱਚ ਲਿਆਉਣ ਦਾ ਸਿਹਰਾ ਜਾਂਦਾ ਹੈ? ਤਾਂ ਇਹਦਾ ਸਹੀ ਆਂਸਰ ਹੈ ਬੀ, ਮੁਹੰਮਦ ਬਿਨ ਕਾਸਿਮ ਹੀ ਇਸਲਾਮ ਧਰਮ ਨੂੰ ਭਾਰਤ ਵਿੱਚ ਲੈ ਕੇ ਆਏ ਸੀਗੇ। ਪ੍ਰਸ਼ਨ ਨੰਬਰ 9 ਦੇਖੋ, ਗੁਪਤ ਕਾਲ ਵਿੱਚ ਕਿਹੜਾ ਵਿਸ਼ਵ ਵਿਦਿਆਲਿਆ ਨਹੀਂ ਸੀ? ਤਾਂ ਇਹਨਾਂ ਪੁੱਛਿਆ ਨਹੀਂ ਸੀ। ਦੇਖੋ, ਨਾਲੰਦਾ ਵੀ ਸੀਗਾ, ਤਕਸ਼ਿਲਾ ਵੀ ਸੀ, ਕਨੌਜ ਵੀ ਸੀ। ਤਾਂ ਇਹਦਾ ਸਹੀ ਆਂਸਰ ਕੀ ਹੈ ਡੀ, ਮਤਲਬ ਉਹਨੇ ਨਹੀਂ ਪੁੱਛਿਆ। ਤਾਂ ਬਿਕਰਮਸ਼ਿਲਾ ਵਿਸ਼ਵ ਵਿਦਿਆਲਿਆ ਗੁਪਤ ਕਾਲ ਵਿੱਚ ਨਹੀਂ ਸੀ। ਤਾਂ ਇਹਦਾ ਸਹੀ ਆਂਸਰ ਹੋ ਗਿਆ ਡੀ। ਪ੍ਰਸ਼ਨ ਨੰਬਰ 10, ਭਾਰਤ ਵਿੱਚ ਸਭ ਤੋਂ ਵੱਡਾ ਕਾਸ਼ਤ ਖੇਤਰ ਕਿਸ ਦੇ ਅਧੀਨ ਆਉਂਦਾ ਹੈ? ਇਹਦਾ ਸਹੀ ਆਂਸਰ ਹੈ ਏ, ਚਾਵਲ, ਜਿਹੜਾ ਭਾਰਤ ਦਾ ਸਭ ਤੋਂ ਵੱਡਾ ਕਾਸ਼ਤ ਖੇਤਰ ਚਾਵਲ ਦੇ ਅਧੀਨ ਆਉਂਦਾ ਹੈ। ਇਹ ਸੀ ਪੀਟੈਟ ਦੇ ਕੁਝ ਇੰਪੋਰਟੈਂਟ ਕੁਐਸਚਨ ਜੋ ਕਿ ਕਈ ਵਾਰ ਪੀਟੈਟ ਦੇ ਪੇਪਰ ਵਿੱਚ ਪੁੱਛੇ ਜਾ ਚੁੱਕੇ ਨੇ। ਉਮੀਦ ਕਰਦਾ ਕਿ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਉ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ। ਧੰਨਵਾਦ।